ਕੋ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਪੂਰਾ دہشت ਦਾ ਮਾਹੌਲ ਜਿਹੜਾ ਬਣਾ ਦਿੱਤਾ ਗਿਆ ਚਾਹੇ ਸਨਾਮ ਦੀ ਗੱਲ ਕਰ ਲਈਏ ਚਾਹੇ ਜਗਰਾਉਂ ਦੀ ਜੀਰਾ ਗੁਰਹਰ ਸਾਹਿਬ ਜਲਾਲਾਬਾਦ ਪਿੱਖੀ ਵਿੰਡ ਖੇਮ ਕਰਨ ਰਾਮਪੁਰਾ ਫੂਲ ਹਰ ਜਗ੍ਹਾ ਤੇ ਜਿਹੜੇ ਕੈਂਡੀਡੇਟਾਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਨੇਗੇ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਧਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਦਹਿਸ਼ਤ ਦਾ ਮਾਹੌਲ ਪੂਰੇ ਪੰਜਾਬ 'ਚ ਪੈਦਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਜਿਸ ਦੇ ਨੇ ਇਲੈਕਸ਼ਨ ਅਨਾਉਂਸ ਹੋਏ ਸੀ ਉਸ ਦਿਨ ਵੀ ਅਸੀਂ ਜਿਹੜਾ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਸੀ ਉਦੋਂ ਵੀ ਕਿਹਾ ਸੀਗਾ ਕਿ ਪੰਜਾਬ ਵਿੱਚ ਪੈਰਾਮਿਲਟਰੀ ਫੋਰਸ ਲਾਇਆ ਜਾਣ ਕੱਲ ਵੀ ਅਸੀਂ ਮਿਲ ਕੇ ਆ ਕਿ ਪੈਰਾਮਿਲਟਰੀ ਫੋਰਸ ਲਾਇਆ ਜਾਣਾ ਉਹ ਦੂਜਾ ਜਿੰਨੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਸਾਰਿਆਂ ਨੂੰ ਜਿਹੜੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਪਰ ਲੇਕਿਨ ਕੱਲ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀਗਾ ਕਿ ਮੈਂ ਸਰਕਾਰ ਨਾਲ ਇਸਿਊ ਟੇਕ ਅਪ ਕਰਕੇ ਬੜੀ ਜਲਦੀ ਸੁਰੱਖਿਆ ਦੇਵਾਂਗੇ ਪਰ ਲੇਕਿਨ ਬੜੇ ਅਫਸੋਸ ਦੀ ਗੱਲ ਆ ਕਿ ਕੱਲ ਸਾਡੇ ਸਨਾਮ ਤੋਂ ਕੈਂਡੀਡੇਟ ਜਗਰਾਉਂ ਤੋਂ ਕੈਂਡੀਡੇਟ ਉਹਨਾਂ ਦੇ ਬੜੇ ਮੈਂ ਸਮਝਦਾ ਬਹੁਤ ਹੀ ਵੇਗ ਜੇ ਬੜੇ ਵੇਗ ਜੇ ਅਲੀਗੇਸ਼ਨ ਲਾ ਕੇ ਜਿਹੜੇ ਫਾਰਮ ਨੇ ਰੱਦ ਕੀਤੇ ਗਏ ਕਿਹਾ ਗਿਆ ਕਿ ਇਹਨਾਂ ਨੇ ਆਪਣੇ ਘਰ ਦੇ ਰੈਂਪ ਬਣਾਇਆ ਹੈ ਕਰਦੇ ਅਗੇ ਰੈਂਪ ਬਣਾਇਆ ਹੈਗਾ ਜਦ ਕਿ ਜਿਹੜੇ ਕਾਂਗਰਸੀ ਹੋਰ ਨੇ ਉਹਨਾਂ ਨੇ ਵੱਡੇ ਵੱਡੇ ਰੈਂਪ ਬਣਾਏ ਹੋਏ ਨੇ ਕਿ ਉਹਨਾਂ ਦਾ ਅਪਰਾਧਿਕ ਪਿਸ਼ੋਕੜ ਹੈਗਾ ਉਹਨਾਂ ਨੇ ਜਿਹੜਾ ਹੈਗਾ ਬਹੁਤ ਸਾਰੀ ਜ਼ਮੀਨ ਸਰਕਾਰ ਦੀ ਦੱਬੀ ਹੋਈ ਆ ਪਰ ਲੇਕਿਨ ਆਮ ਆਦਮੀ ਪਾਰਟੀ ਨੂੰ ਕਲੀ ਨਿਸ਼ਾਨਾ ਬਣਾਇਆ ਗਿਆ ਔਰ ਕੱਲ ਸਨਾਮ ਦੇ ਵਿੱਚ ਇੱਕ ਪਵਨ ਬਾਬਾ ਜੀ ਸੀਗੇ ਉਹਨੂੰ ਅਗਵਾ ਕੀਤਾ ਗਿਆ ਅਗਵਾ ਕਰਕੇ ਲੈ ਗਏ ਉਸ ਤੋਂ ਬਾਅਦ ਦੂਜਾ ਕੈਂਡੀਡੇਟ ਜਿਹੜਾ ਗਿਆ ਉਹਦੇ ਫਾਰਮ ਰੱਦ ਕਰਤੇ ਸੋ ਮੈਂ ਸਮਝਦਾ ਗੁੰਡਾਗਰ ਦੇ ਲੰਗਾ ਨਾਤ ਜਿਹੜਾ ਹੈਗਾ ਉਹ ਪੰਜਾਬ 'ਚ ਨੱਚਿਆ ਜਾ ਰਿਹਾ ਔਰ ਕਾਂਗਰਸ ਪਾਰਟੀ ਜਿਹੜੀ ਆ ਕਿਉਂਕਿ 4 ਸਾਲ ਕੰਮ ਨਹੀਂ ਕੀਤੇ ਕੈਪਟਨ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ 4 ਸਾਲ ਉਹ ਇਲੈਕਸ਼ਨ ਜਿਹੜੀਆਂ ਲੁੱਟਣਾ ਚਾਹੁੰਦੇ ਨੇ ਲੋਕਾਂ ਨੂੰ ਦਹਿਸ਼ਤ ਦਾ ਮਾਹੌਲ ਪੰਜਾਬ 'ਚ ਬਣਾਇਆ ਹੈਗਾ ਬੜੇ ਚੰਦ ਮਹੀਨੇ ਜਨਰਲ ਇਲੈਕਸ਼ਨ 'ਚ ਬਾਕੀ ਨੇਗੇ 2022 ਦੀ ਜਿਹੜੀ ਇਲੈਕਸ਼ਨਾਂ ਨੂੰ ਚੰਦ ਮਹੀਨੇ ਬਾਕੀ ਨੇਗੇ ਪੰਜਾਬ ਦੇ ਲੋਕ ਪੰਜਾਬ ਦਾ ਆਵਾਮ ਜਿਹੜਾ ਹੈਗਾ ਕਾਂਗਰਸ ਪਾਰਟੀ ਨੂੰ ਬੁਰੀ ਤਰ੍ਹਾਂ ਸਬਕ ਸਿਖਾਊਗਾ ਜਿਹੜੀਆਂ ਤੱਕੇ ਸਾਂਝਾ ਅੱਜ ਕਰ ਰਹੇ ਨੇਗੇ ਇਹਨਾਂ ਸਾਰੀਆਂ ਤੱਕੇ ਸਾਂਝੀਆਂ ਦਾ ਜਵਾਬ ਜਿਹੜਾ ਲੋਕ 2022 'ਚ ਦੇਣਗੇ ਪਰ ਲੇਕਿਨ ਆਮ ਆਦਮੀ ਪਾਰਟੀ ਅੱਜ ਵੀ ਇਹਨਾਂ ਦੇ ਖਿਲਾਫ ਚੈ ਸਨਾਮ ਹੋਵੇ ਜਾਂ ਪਿੱਖੀਬਿੰਡ ਹੋਵੇ ਜਾਂ ਦੀਰਾ ਹੋਵੇ ਜਾਂ ਗੁਰਹਰਸਾਹੇ ਹੋਵੇ ਜਲਾਲਾਬਾਦ ਹੋਵੇ ਸਾਰੀਆਂ ਜਗ੍ਹਾ ਤੇ ਆਮਾਦੀ ਪੜਨ ਤੁਹਾਡੇ ਦਿੱਤੇ ਹੋਏ ਨੇ ਕਿ ਬਿਲਕੁਲ ਅਸੀਂ ਸ਼ਾਂਤੀਪੂਰਵਕ ਜਿਹੜਾ ਪ੍ਰੋਟੈਸਟ ਪੰਜਾਬ 'ਚ ਜਾਰੀ ਰੱਖਾਂਗੇ ਸਨਾਮ ਦੇ ਵਿੱਚ ਕੀ ਹੋਇਆ ਜੀ ਅਮਨ ਰੋੜਾ ਪ੍ਰੋਟੈਸਟ ਤੇ ਬੈਤਰੀ ਕੀ ਉਹਨਾਂ ਨੇ ਕਾਰਵਾਈ ਕੀਤੀ ਦੇਖੋ ਮੈਂ ਜਾ ਕੇ ਆਇਆ ਕਿ ਉੱਥੇ ਮੈਨੂੰ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੇ ਕਿਹਾਗਾ ਕਿ ਜਿੰਨਾ ਵਿਅਕਤੀਆਂ ਨੇ ਕੱਲ ਪਵਨ ਬਾਬਾ ਜੀ ਨੂੰ ਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਅਗਵਾ ਕੀਤਾ ਸੀਗਾ ਅਗਵਾ ਕਰਕੇ ਲੈ ਗਏ ਸੀ ਬਾਅਦ ਛੱਡ ਦਿੱਤਾ ਸੀ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਜਿਹੜ ਉਹਨਾਂ ਨੇ ਅਸ਼ੋਰੈਂਸ ਦਿੱਤੀ ਆ ਹੁਣ ਦੇਖਦੇ ਆ ਕਿ ਕੀ ਬਣਦਾਗਾ ਇਹ ਜਿਹੜੀ ਮਹਿੰਮ ਸਟਾਰਟ ਕੀਤੀ ਹੈ ਇਹ ਕੀ ਕੀਤੀ ਦੇਖੋ ਸਾਰਿਆਂ ਨੂੰ ਅਜ਼ਮਾਇਆ ਸਾਰਿਆਂ ਨੂੰ ਅਜ਼ਮਾਇਆ ਸਾਰਿਆਂ ਨੇ ਦਿੱਤਾ ਧੋਖਾ ਹੁਣ ਦੇਵਾਂਗੇ ਝਾੜੂ ਵਾਲਿਆਂ ਨੂੰ ਮੌਕਾ ਇਹ ਜਿਹੜੀ ਮਹਿੰਮ ਦਾ ਆਗਾਜ਼ ਅਸੀਂ ਮਠਿੱਡੇ ਤੋਂ ਸ਼ੁਰੂ ਕੀਤਾਗਾ ਪੂਰੇ ਪੰਜਾਬ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਖੜੇ ਨੇਗੇ ਸਾਰੇ ਵਿਅਕਤੀ ਖੜੇ ਨੇਗੇ ਇਹ ਸਾਰਿਆਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਇਸ ਮਹਿੰਮ ਦਾ ਆਗਾਜ਼ ਕੀਤਾਗਾ ਇਸ ਮਹਿੰਮ ਦੇ ਨਾਲ ਜਿੱਥੇ ਅਸੀਂ ਪੰਜਾਬ ਚ ਫੈਲੀ ਹੋਈ ਗੰਦਗੀ ਸਾਫ ਕਰਾਂਗੇ ਉੱਥੇ ਜਿਹੜੀ ਬੇਈਮਾਨੀ ਸਾਫ ਹੋਊਗੀ ਜਿਹੜਾ ਕਰਪਸ਼ਨ ਆ ਉਹ ਸਾਫ ਕਰਾਂਗੇ ਕਿਉਂਕਿ ਪੰਜਾਬ ਇਸ ਸਮੇਂ ਕਰਪਸ਼ਨ ਦਾ ਅੱਡਾ ਬਣ ਚੁੱਕਿਆ ਪੰਜਾਬ ਦੇ ਵਿੱਚ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਜਿਹੜੀ ਰਿਸ਼ਵਤਖੋਰੀ ਬਣ ਚੁੱਕੀ ਆ ਹਰ ਵਿਭਾਗ ਦੇ ਵਿੱਚ ਰਿਸ਼ਵਤਖੋਰੀ ਚੱਲ ਰਹੀ ਆ ਖਾਸ ਤੌਰ ਤੇ ਜਿਹੜੀਆਂ ਮਿਊਸਪਲ ਕਮੇਟੀਆਂ ਨੇ ਕਾਰਪੋਰੇਸ਼ਨਾਂ ਨੇ ਉੱਥੇ ਜੀ ਸੀ ਐਲ ਜੂ ਲੈਣਾਗਾ ਜਾਂ ਕੋਈ ਹੋਰ ਕੰਮ ਕਰਾਉਣਾਗਾ ਛੋਟਾ ਮੋਟਾ ਉੱਥੇ ਕਰਪਸ਼ਨ ਬਹੁਤ ਵੱਡੀ ਪਾਰੂਆ ਸੋ ਉਹਨੂੰ ਸਫਾਈ ਕਰਨ ਲਈ ਆਮ ਆਦਮੀ ਪਾਰਟੀ ਝਾੜੂ ਦੇ ਨਾਲ ਪੂਰੀ ਸਫਾਈ ਕਰੋਗੇ ਅੱਜ ਇਸ ਪਹਿਮ ਦਾ ਆਗਾਜ਼ ਅਸੀਂ ਬਠਿੰਡੇ ਤੋਂ ਕੀਤਾ ਗਿਆ ਕਿਉਂਕਿ ਬਠਿੰਡਾ ਦੇ ਵਿੱਚ ਕੈਪਟਨ ਸਾਹਿਬ ਨੇ 2017 ਦੇ ਵਿੱਚ ਗੁਟਕਾ ਸਾਹ ਮੱਥੇ ਨੂੰ ਲਾ ਕੇ ਸੌਂ ਖਾਦੀ ਸੀ ਕਿਹਾ ਸੀਗਾ ਕਿ ਮੈਂ ਪੰਜਾਬ ਚੋਂ ਮ ਪੰਜਾਬ ਜਿਹੜੀ ਹਰ ਘਰ ਦੇ ਵਿੱਚ ਨੌਕਰੀ ਦੇਊਗਾ ਕਰ-ਕਰ ਰੋਜ਼ਗਾਰ ਦੇਊਗਾ ਪੰਜਾਬ ਦੇ ਕਿਸਾਨਾਂ ਦਾ ਮੁਕੰਮਲ ਕਰਜ਼ਾ ਮਾਫੀ ਕਰੂਗਾ ਦਲਤਾਂ ਨੂੰ ਪੰਜ ਮਰਲੇ ਪਲਾਟ ਦੇਊਗਾ 25-25 ਹਜ਼ਾਰ ਰੁਪਏ ਪੈਨਸ਼ਨ ਦੇਊਗਾ ਪਰ ਲੇਕਿਨ ਇੱਕ ਵੀ ਵਾਅਦੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਖਰੇ ਨਹੀਂ ਉਤਰੇ ਹਰ ਇੱਕ ਵਾਅਦੇ ਤੇ ਜਿਹੜਾ ਹੈ ਗਿਆ ਪੰਜਾਬ ਦੇ ਲੋਕਾਂ ਨੇ ਵਾਅਦਾ ਖਲਾਫੀ ਕੀਤੀ ਆ ਔਰ ਮੈਂ ਸਮਝਦਾ ਗੁਟਕਾ ਸਾਹਿਬ ਦੀ ਝੂਠੀ ਸੌਣ ਨਾਲ ਖਾਦੀ ਆ ਸੋ ਅੱਜ ਅਸੀਂ ਉਸੇ ਜਗ੍ਹਾ ਤੇ ਜਾ ਕੇ ਬਹੰਡੇ ਝਾੜੂ ਦੇ ਨਾਲ ਜਿਹੜੀ ਮਹਿਮਾਬ ਸਟਾਰਟ ਕੀਤੀ ਹੈ ਤਾਂ ਕਿ ਸਫਾਈ ਹੋ ਸਕੇ ਇਮਾਨਦਾਰ ਨਰਿੰਦਰ ਤੋਮਣ ਨੇ ਅੱਜ ਰਾਜ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਕਿ ਜਿਹੜੀ ਕੰਟਰੈਕਟ ਫਾਰਮਿੰਗ ਹੈ ਉਹਦੇ ਨਾਲ ਜੇਕਰ ਕਿਸਾਨ ਕਿਸੇ ਤਰ੍ਹਾਂ ਦੀ ਕੋਈ ਵੀ ਗੜਬੜ ਕਰਦਾ ਜਾਂ ਆਪਣੇ ਜਿਵਾਂ ਤੋਂ ਮੁੱਕਰਦਾ ਤਾਂ ਉਹਨੂੰ ਸਜ਼ਾ ਵੀ ਹੋਊਗੀ ਦੇਖੋ ਮੈਂ ਸਮਝਦਾ ਤੋਮਰ ਸਾਹਿਬ ਜਿਹੜੇ ਦੇਗੇ ਅੱਜ ਉਹ ਦੇਸ਼ ਦੇ ਖੇਤੀਬਾੜੀ ਮੰਤਰੀ ਨਹੀਂ ਉਹ ਦੇਸ਼ ਦੀ ਜਿਹੜੀ ਅਡਾਨੀ ਆਵਾਨੀ ਜਾਂ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਬਤੌਰ ਸੀਏ ਵਜੋਂ ਕੰਮ ਕਰ ਰਹੇ ਨੇਗੇ ਉਹ ਦੇਸ਼ ਦੇ ਮੰਤਰੀ ਵਜੋਂ ਨਹੀਂ ਕੰਮ ਕਰ ਰਹੇ ਮੰਤਰੀ ਦਾ ਫਰਜ਼ ਹੁੰਦਾ ਕਿ ਜਿਹੜੇ ਦੇਸ਼ ਦੇ ਲੋਕ ਨੇਗੇ ਜੇਕਰ ਉਹਨਾਂ ਦੀ ਪਰੇਸ਼ਾਨੀਆਂ ਕੋਈ ਵੀ ਜਿਹੜੀ ਸਮੱਸਿਆ ਹੈਗਾ ਉਹਦੀ ਗੱਲ ਸੁਣ ਕੇ ਹੱਲ ਕਰਨਾ ਪਰ ਲੇਕਿਨ ਅੱਜ ਦੇਸ਼ ਦਾ ਖੇਤੀਬਾੜੀ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਲੱਗਦਾ ਕਿ ਅਡਾਨੀਆਂ ਆਵਾਨੀਆਂ ਦੇ ਬਤੌਰ ਸੀਏ ਕੰਮ ਕਰ ਰਹੇ ਨੇਗੇ ਉਹਨਾਂ ਦੇ ਜਿਹੜਾ ਏਜੰਟ ਵਜੋਂ ਉਹ ਦੇਸ਼ ਵਿਚ ਬਚਰ ਰਹੇ ਨੇਗੇ ਅਜੀਵਨ ਰਾਸ਼ਵਾਦ ਵਿੱਚ ਵੀ ਸੇਮ ਗੱਲ ਕੀਤੀ ਵੀ ਜਿਹੜੇ ਕਾਨੂੰਨ ਆਏ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਕਿਸਾਨ ਗੁੰਮਰਾ ਹੋਏ ਹੋਏ ਦੇਖੋ ਮੈਨੂੰ ਸਮਝ ਨਹੀਂ ਆਉਂਦੀ ਕਿ ਬੀਜੇਪੀ ਜਿਹੜੀਆਂ ਬੇਤੁਕੀਆਂ ਗੱਲਾਂ ਕਰ ਰਹੀ ਆ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ ਜਿਹਦੇ ਕੋਈ ਸਿਰ ਪੈਰ ਨਹੀਂ ਹੈਗਾ ਜਦਕਿ ਬਿੱਲ ਜਿਹੜੇ ਲਗੇ ਕਿਸਾਨਾਂ ਨੂੰ ਸਮਝ ਆ ਗਏ ਕਿਸਾਨਾਂ ਨੂੰ ਪਤਾਗਾ ਕਿ ਇਨ੍ਹਾਂ ਬਿੱਲਾਂ ਦੇ ਕਾਰਨ ਸਾਡੀ ਜ਼ਮੀਨ ਚਲੀ ਜਾਣੀ ਆ ਸਾਡੀ ਰੋਜੀ ਰੋਟੀ ਚਲੀ ਜਾਣੀ ਆ ਅਸੀਂ ਨਿਹੱਥੇ ਹੋ ਜਾਾਂਗੇ ਅਸੀਂ ਕੰਗਾਲ ਹੋ ਜਾਾਂਗੇ ਸੋ ਅੱਜ ਕਿਸਾਨਾਂ ਨੂੰ ਸਮਝ ਆ ਗਿਆ ਸਿਰਫ ਜੇ ਸਮਝ ਨਹੀਂ ਆ ਰਿਹਾ ਤਾਂ ਬੀਜੇਪੀ ਨੂੰ ਨਹੀਂ ਆ ਰਿਹਾ ਕਿਉਂਕਿ ਉਹਨਾਂ ਦੇ ਅੱਖਾਂ ਤੇ ਪੱਟੀ ਜਿਹੜੀ ਆ ਉਡਾਨੀਆਂ ਵਾਨੀਆਂ ਨੇ ਬੰਨੀ ਆ ਉਹਨਾਂ ਦੇ ਕੰਨਾਂ 'ਚ ਰੂਹ ਜਿਹੜੀ ਆ ਉਹ ਕਾਰਪੋਰੇਟ ਕਰਾਣਿਆਂ ਨੇ ਪਾਈ ਆ ਤਾਂ ਜਿਹੜਾ ਹੈਗਾ ਉਹਨੂੰ ਕੇਂਦਰ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਹੱਕ ਦੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ði ਫੈਕਟ ਨਿਊਜ਼